ਹੁਣੇ-ਹੁਣੇ ਮਿਲੀਆਂ ਤਾਜ਼ਾ ਖਬਰਾਂ ਮੁਤਾਬਕ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਜਵਾਨ ਉੱਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਘਟਨਾ ਗੁਰਦੁਆਰਾ ਖਿਚੜੀ ਸਾਹਿਬ ਦੀ ਹੈ, ਨੇੜੇ ਬਲਵੇੜਾ, ਜਿੱਥੇ ਨਿਹੰਗਾਂ ਨੂੰ ਅੱਜ ਪੁਲਿਸ ਪਾਰਟੀ ਨੇ ਜਾ ਕੇ ਗ੍ਰਿਫਤਾਰ ਕੀਤਾ ਅਤੇ ਇੱਕ ਦੇ ਗੋਲੀ ਲੱਗਣ ਦੀ ਵੀ ਸੂਚਨਾ। ਇਸ ਤੋਂ ਇਲਾਵਾ ਜਿਹੜੀ ਮੀਡੀਆ ਦੇ ਉੱਪਰ ਖਬਰਾਂ ਆ ਰਹੀਆਂ ਨੇ, ABP ਸਾਂਝਾ, ਇਸ ਤੋਂ ਇਲਾਵਾ PTC, ਹੋਰ ਕਾਫੀ ਜ਼ਿਆਦਾ ਚੈਨਲ ਨੇ, ਇਸ ਤੋਂ ਇਲਾਵਾ ਵੈਬਸਾਈਟਾਂ ਬਾਬੂਸ਼ਾਹੀ, ਅਤੇ ਇਸ ਦੇ ਨਾਲ ਨਾਲ ਅਖਬਾਰਾਂ ਦੀਆਂ ਖਬਰਾਂ ਮੁਤਾਬਕ ਤਾਜ਼ਾ ਘਟਨਾਕ੍ਰਮ ਇੱਦਾਂ ਕਿ ਇਸ ਵਕਤ ਗੁਰਦੁਆਰਾ ਖਿਚੜੀ ਸਾਹਿਬ ਵਿੱਚ ਜਿਹੜੇ ਫੜੇ ਨਿਹੰਗ ਸਿੰਘਾਂ ਨੂੰ ਕਾਬੂ ਕਰਨ ਦੇ ਯਤਨਾਂ ਦੌਰਾਨ ਗੋਲੀ ਚੱਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸੇ ਦੇ ਦੌਰਾਨ ਹੀ ਪੁਲਿਸ ਵੱਲੋਂ ਨਿਹੰਗ ਸਿੰਘਾਂ 'ਤੇ ਸਖ਼ਤ ਕਾਰਵਾਈ ਕਰਦਿਆਂ 7 ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ। DIG ਸਰਦਾਰ ਜਤਿੰਦਰ ਸਿੰਘ ਔਲਖ ਅਤੇ SSP ਸਰਦਾਰ ਮਨਦੀਪ ਸਿੰਘ ਸਿੱਧੂ ਆਪ ਮੌਕੇ 'ਤੇ ਮੌਜੂਦ ਹਨ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ 3 ਗੋਲੀਆਂ ਚਲਾਈਆਂ ਗਈਆਂ। ਪਿਛਲੇ ਕੁਝ ਘੰਟਿਆਂ ਦੌਰਾਨ ਹੀ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੇ ਉੱਪਰ ਜਿਹੜਾ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ ਸੀ, ਕਿਉਂਕਿ ਕਰਫਿਊ ਦੌਰਾਨ ਜਦੋਂ ਉਹਨਾਂ ਨੂੰ ਪੁਲਿਸ ਨੇ ਪੁੱਛਗਿੱਛ ਕੀਤੀ ਉਹਨਾਂ ਤੋਂ, ਤਾਂ ਇਸ ਦੇ ਦੌਰਾਨ ਹੀ ਪੁਲਿਸ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ, ਜਿਸ ਦੌਰਾਨ ਇੱਕ ਪੰਜਾਬ ਪੁਲਿਸ ਦੇ ਜਵਾਨ ਦਾ ਜਿਹੜਾ ਹੱਥ ਕੱਟਿਆ ਗਿਆ ਸੀ। ਅਤੇ ਇਸ ਦੇ ਚੱਲਦੇ ਅੱਜ ਗੁਰਦੁਆਰਾ ਖਿਚੜੀ ਸਾਹਿਬ 'ਚੋਂ ਜਿਹੜੇ ਫੜੇ ਗਏ ਨੇ ਨਿਹੰਗ, ਅਤੇ 7 ਜਣਿਆਂ ਨੂੰ ਕਾਬੂ ਕੀਤਾ ਗਿਆ। ਅਤੇ ਇਹ ਤਾਜ਼ਾ ਘਟਨਾਕ੍ਰਮ ਜਿਹੜਾ ਨੇੜੇ ਬਲਵੇੜਾ ਤੋਂ